ਵਿੱਚ ਮੈਂ ਦੋ ਸ਼ਰ ਮੈਂ ਮੀਆਂ ਸਾਹਿਬ ਦੇ ਪੇਸ਼ ਕਰਦੇ ਹੋਏ ਇਜਾਜ਼ਤ ਇੱਕ ਵਾਰ ਬੋਲੋ ਜ਼ਰਾ ਸੁਭਾਨ ਅੱਲਾਹ ਅਤੇ ਜਲੇ ਖਾਰ ਹਜ਼ਾਰ ਆਸੇ ਆਸੇ ਉਮਰ ਗੁਜ਼ਾਰੀ ਅਤੇ ਜਲੇ ਖਾਰ ਹਜ਼ਾਰਾਂ ਏ ਮਾਲੀ ਬਾਗੇ ਵੇਖਣ ਦੇਂਦਾ ਅਤੇ ਆਈਆਂ ਜਦਾਂ ਬਹਾਰ ਔਰ ਕਾਬਲ ਤਵੱਜੋ ਮੈਂ ਇੱਕ ਸ਼ੇਰ ਪੇਸ਼ ਕਰਦਾ ਪਿਆ ਕਿਉਂਕਿ ਹੁਣੇ ਕਰੀਬ ਕਰੀਬ ਈਦ ਗੁਜ਼ਰੀ ਹੈ ਅਤੇ ਮੈਂ ਇਸ ਜ਼ਿਮਨ ਦੇ ਵਿੱਚ ਇੱਕ ਸ਼ੇਰ ਪੇਸ਼ ਕਰਦਾ ਪਿਆ ਕਿ ਜਾਵਣ ਵਾਲੇ ਟੁਰ ਜਾਂਦੇ ਨੇ ਅਤੇ ਭਾਵੇਂ ਜਿਹੜੇ ਤਿਉਹਾਰ ਵੀ ਆਵਣ ਖੁਸ਼ੀਆਂ ਆਵਣ ਈਦਾਂ ਆਵਣ ਸ਼ਬਰਾਤ ਆਵਣ ਉਹ ਨਹੀਂ ਜਾਂਦੇ ਜਿਹੜੇ ਟੁਰ ਜਾਵਣ ਮੈਂ ਇਸ ਜ਼ਿਮਨ ਦੇ ਵਿੱਚ ਇੱਕ ਸ਼ੇਰ ਪੇਸ਼ ਕਰਦਾ ਪਿਆ ਇੱਕ ਬੋਲ ਦਰ ਸੁਭਾਨ ਅੱਲਾਹ ਕਿ ਈਦਾਂ ਤੇ ਸ਼ਬਰਾਤ ਈਦਾਂ ਤੇ ਸ਼ਬਰਾਤ ਅਤੇ ਲੋਕ ਗਰਾਂ ਨੂੰ ਆਏ ਉਹ ਨਹੀਂ ਆਏ ਉਹ ਨਹੀਂ ਆਏ ਮੁਹੰਮਦ ਬਖੇਸ਼ ਤੇ ਜਿਹੜੇ ਹੱਥੀ ਆਪ ਦਫਨਾ ਆਏ ਉਹ ਨਹੀਂ ਆਏ ਉਹ ਨਹੀਂ ਆਏ ਮੁਹੰਮਦ ਬਖੇਸ਼ ਤੇ ਜਿਹੜੇ ਹੱਥੀ ਆਪ ਦਫਨਾ ਆਖਿਰ ਕੀ ਮੈਂ ਬੋਲਦਾ ਸੁਭਾਨ ਅੱਲਾਹ ਕਿ ਵੀਰ ਵੀਰਾਂ ਦੇ ਮੀਆਂ ਵੀਰ ਵੀਰਾਂ ਦੇ ਦਰਦ ਵੰਡਾਂ ਦੇ ਅਤੇ ਵੀਰ ਵੀਰਾਂ ਦੀਆਂ ਬਾਵਾ ਇਹ ਬਾਪ ਸਿਰਾਂ ਦੇ ਉਹ ਤਾਜ ਮੁਹੰਮਦ ਅਤੇ ਮਾਵਾਂ ਟੰਡੀਆਂ ਛਾਵਾਂ ਇਹ ਬਾਪ ਸਿਨਾਂ ਦੇ ਉਤਾਜ ਮੁਹੰਮਦ ਅਤੇ ਮਾਵਾਂ ਟੰਡੀਆਂ ਛਾਂ ਹਵਾਲੇ ਰੱਬ ਦੇ ਜਾਵਣ ਵਾਲਾ ਕੀ ਕਹਿ ਰਿਹਾ ਹੈ ਜਿਹੜਾ ਇਸ ਦੁਨੀਆਂ ਤੋਂ ਚਲਾ ਗਿਆ ਉਹ ਸਾਨੂੰ ਕੀ ਕਹਿ ਗਿਆ ਉਹ ਸਾਨੂੰ ਪੈਗਾਮ ਤੇ ਕੀ ਦੇ ਕੇ ਜਾ ਰਿਹਾ ਕਿ ਲੈ ਯਾਰ ਉਸ ਦਿਨ ਦੇ ਮੁਬਾਰਕ ਹੋ ਸੀ ਅਤੇ ਜਿਸ ਦਿਨ ਵੇਰ ਮਿਲਾ ਮਾਸ਼ਾਅੱਲਾ ਬੜੀ ਹੀ ਖੂਬਸੂਰਤ ਹਾਜ਼ਰੀ ਪੇਸ਼ ਫਰਮਾ ਰਹੇ ਸੀ ਆਲੇ ਨਬੀ ਔਲਾਦ ਦੀ ਪੀਰ ਤਰੀਕਤ ਆਦਰੀ ਸ਼ਰੀਅਤ ਪੀਰ ਸੈਯਦ ਸ਼ਬੀਰ ਹੈ।